ਪੇਸ਼ ਹੋਏ ਨੇ ਔਰ ਉਹਨਾਂ ਨੇ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਦੇਣਾ ਹੈ। ਮੈਂ ਬਹੁਤ ਹੀ ਅਦਬ ਸਹਿਤ ਬੇਨਤੀ ਕਰਾਂਗਾ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹ ਮਾਈਕ 'ਤੇ ਆ ਕੇ ਇਸ ਮਸਲੇ ਸੰਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰਨ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਔਰ ਜਿੰਨੀਆਂ ਵੀ ਸੰਗਤਾਂ ਖੜ੍ਹੀਆਂ ਨੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਉਹ ਬੈਠ ਜਾਣ, ਨਹੀਂ ਤਾਂ ਉਹਨਾਂ ਨੂੰ ਵੀ ਨਾਲ ਹੀ ਤਨਖਾਹ ਲੱਗ ਜਾਏਗੀ। ਕੇਵਲ ਅਤੇ ਕੇਵਲ ਜੋ ਦੋਸ਼ੀ ਹੈ ਕਚਹਿਰੀ ਵਿੱਚ ਉਹ ਖੜਾ ਹੋਣਾ ਚਾਹੀਦਾ, ਬਾਕੀ ਸਾਰੇ ਬੈਠਣ ਦੀ ਕਿਰਪਾਲਤਾ ਕਰਨ। ਕੇਵਲ ਜਿਹਨੇ ਗੁਨਾਹ ਕੀਤਾ ਉਹ ਹੀ ਖੜਾ ਹੋਵੇ। ਮੈਂ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਪਤਾ ਨਹੀਂ ਕਹਿਣਾ ਮੈਂ ਤਾਂ ਸਾਰੀ ਹਾਜ਼ਰੀਨ ਸੰਗਤ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠੀ ਹੈ, ਸਭ ਤੋਂ ਪਹਿਲਾਂ ਸਤਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ, ਅਸੀਂ ਜੋ ਵੀ ਕਹਿਣਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਤੇ ਸੰਗਤ ਦੇ ਸਨਮੁਖ ਕਹਿਣਾ ਕਿ ਤੁਸੀਂ ਆਪਣਾ ਜਿਹੜਾ ਪੱਖ ਹੈ ਸੰਗਤ ਦੇ ਗੁਰੂ ਸਾਹਿਬ ਦੇ ਸਨਮੁਖ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਰਾਜੇ ਜਾਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਾਸ ਪੇਸ਼ ਹੋਇਆ ਹੈ। ਮੇਰੇ 'ਤੇ ਜੋ ਇਲਜ਼ਾਮ ਲਗਾਇਆ ਗਿਆ ਸੀ ਮੈਂ ਪੀਰ ਦਾ ਸੇਵਨ ਕੀਤਾ ਹੈ, ਮੈਂ ਪੀਰ ਦਾ ਸੇਵਨ ਨਹੀਂ ਕੀਤਾ। ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾ ਕੇ ਕਹਿੰਦਾ ਹਾਂ ਕਿ ਮੈਂ ਇਹ ਦੋਸ਼ ਨਹੀਂ ਕੀਤਾ, ਮੈਂ ਪੀਰ ਨਹੀਂ ਪੀਤੀ ਹੈਗੀ, ਸਿਰਫ ਮੈਂ ਲੈ ਕੇ ਕੀਤੀ ਹੈ। ਇਹ ਦੱਸੋ ਕਿ ਪੀਰ ਨਹੀਂ ਪੀਤੀ ਲੇਕਿਨ ਸ਼ਰਾਬ ਦੀ ਦੁਕਾਨ ਤੋਂ ਪੀਰ ਖਰੀਦੀ ਹੈ ਜੀ? ਲੈ ਖਰੀਦ ਕੇ ਕਿਸੇ ਨੂੰ ਦਿੱਤੀ ਹੈਗੀ ਜੀ, ਇਹ ਮੈਂ ਇਸ ਤਰ੍ਹਾਂ ਮੈਂ ਗੁਨਾਹ ਕਬੂਲ ਕਰਦਾ। ਔਰ ਇਸ ਲਈ ਤੁਸੀਂ ਮਾਫ਼ੀ ਮੰਗਦੇ ਹੋ? ਬਿਲਕੁਲ, ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਸ ਧਰਤੀ ਦੀ ਮਾਫ਼ੀ ਮੰਗਣ ਵਾਸਤੇ ਆਇਆ ਹਾਂ। ਇਸ ਦਿੱਲੀ ਕਮੇਟੀ ਦਾ ਬੰਦਾ ਹੈ, ਇਹਨੇ ਕਿਸੇ ਨੂੰ ਠੇਕੇ ਤੋਂ ਬੀਅਰ ਦੀ ਬੋਤਲ ਖਰੀਦ ਕੇ ਦਿੱਤੀ ਸੀ ਅਤੇ ਉਹਦੇ ਸੰਬੰਧ ਵਿੱਚ ਫਿਰ ਇਹ ਦੂਸ਼ਣ ਲੱਗਿਆ ਵੀ ਇਹਨੇ ਡਰਿੰਕ ਵੀ ਕੀਤੀ ਹੈ ਲੇਕਿਨ ਡਰਿੰਕ ਨਹੀਂ ਕੀਤੀ, ਕਿਸੇ ਨੂੰ ਲੈ ਕੇ ਦਿੱਤੀ ਸੀਗੀ ਹੈ। ਅਤੇ ਉਸ ਦੇ ਸੰਬੰਧ ਦੇ ਵਿੱਚ ਅੱਜ ਇਹਨੂੰ ਤਨਖਾਹ ਲਾਈ ਗਈ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੇਸ਼ ਹੋਇਆ ਬੰਦਾ। ਹਾਂਜੀ ਦੁਬਾਰੇ ਬੋਲ ਹੋ ਜਾਣਾ। ਅੱਜ ਅਕਾਲ ਤਖ਼ਤ ਸਾਹਿਬ ਤੋਂ ਇਹ ਬੰਦਾ ਦਿੱਲੀ ਪ੍ਰਬੰਧਕ ਕਮੇਟੀ ਦਾ ਹੈ ਅਤੇ ਇਹਨੇ ਕਿਸੇ ਨੂੰ ਇਹਦਾ ਦੋਸ਼ ਹੈ ਕਿ ਇੱਥੇ ਨੂੰ ਸ਼ਰਾਬ ਦੀ ਬੋਤਲ ਖਰੀਦ ਕੇ ਦਿੱਤੀ ਇਹਨੂੰ ਇਸ ਬੰਦੇ ਨੇ ਅਤੇ ਦੂਸ਼ਣ ਲੱਗੇ ਰਹੇ ਅਤੇ ਕਿਸੇ ਨੇ ਡਰਿੰਕ ਵੀ ਕੀਤੀ ਲੇਕਿਨ ਡਰਿੰਕ ਨਹੀਂ ਕੀਤੀ, ਕਹਿੰਦਾ ਇਹ ਹੁਣ ਪੇਸ਼ ਹੋਇਆ ਅਕਾਲ ਤਖ਼ਤ ਸਾਹਿਬ ਤੋਂ ਅਤੇ ਹੁਣ ਦੇਖਦੇ ਇਹਨੂੰ ਕੀ ਤਨਖਾਹ ਲਾਈ ਜਾਂਦੀ ਹੈ। ਸੋ ਇੱਦਾਂ ਦੇ ਦੇਖੋ ਕਾਰਜ ਬੰਦੇ ਕਰ ਲੈਂਦੇ ਆ ਲੇਕਿਨ ਜੋ ਕਿ ਬੜੇ ਮੰਦਭਾਗੇ ਆ, ਹੈ ਨਾ। ਅਤੇ ਜਿਵੇਂ ਤੁਸੀਂ
ਸਮੂਹ ਹਾਜ਼ਰੀਨ ਸੰਗਤ, ਸਭ ਤੋਂ ਪਹਿਲਾਂ ਫਿਰ ਇੱਕ ਵਾਰੀ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਖੜਾ ਹੋਵੇ, ਪੰਜ ਪਿਆਰੇ ਸਾਹਿਬਾਨ ਵੱਲੋਂ ਫੈਸਲਾ ਹੋਇਆ, ਤੁਸੀਂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ 'ਚ ਕਿਹਾ ਕਿ ਮੈਂ ਸ਼ਰਾਬ ਦਾ ਸੇਵਨ ਨਹੀਂ ਕੀਤਾ, ਲੇਕਿਨ ਤੁਸੀਂ ਇਸ ਗੱਲ ਨੂੰ ਕਬੀਲ ਕਬੂਲ ਕੀਤਾ ਕਿ ਸ਼ਰਾਬ ਜਿਹੜੀ ਆ ਉਹ ਗਰੀਬੀ ਜ਼ਰੂਰ ਹੈ, ਇਸ ਲਈ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਵੱਲੋਂ ਤਨਖਾਹ ਲਾਈ ਜਾਂਦੀ ਹੈ, ਕਿਉਂਕਿ ਇੱਕ ਜ਼ਿੰਮੇਵਾਰ ਅਹੁਦੇ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਨਾਲ ਦਿੱਲੀ ਦੇ ਵਿੱਚ ਇੱਕ ਪ੍ਰਤਿਸ਼ਠਿਤ ਸਿੱਖ ਵਜੋਂ ਜਾਣੇ ਜਾਂਦੇ, ਸ਼ਰਾਬ ਖਰੀਦਣਾ ਵੀ ਜਿਹੜਾ ਹੈ ਸਿੱਖ ਵਾਸਤੇ ਜੇਕੇ ਤੋਂ ਬੜਾ ਮੰਦ ਭਾਗਾ ਹੈ। ਪੰਜ ਸਿੰਘ ਸਾਹਿਬਾਨ, ਪੰਜ ਪਿਆਰੇ ਸਾਹਿਬਾਨ ਨੇ ਫੈਸਲਾ ਕੀਤਾ ਕਿ 3 ਦਿਨ ਗੁਰਦੁਆਰਾ ਬੰਗਲਾ ਸਾਹਿਬ ਤੁਸੀਂ ਝਾੜੂ ਮਾਰਨ ਲਈ, ਬਰਤਨ ਸਾਫ਼ ਕਰਨ ਲਈ ਅਤੇ ਕੀਰਤਨ ਸੁਣਨ ਲਈ ਸੇਵਾ ਜਿਹੜੀ ਆ ਉਹ ਨਿਭਾਉਣੀ, ਅਤੇ 3 ਦਿਨ ਹੀ ਬੰਗਲਾ ਸਾਹਿਬ ਅਤੇ 3 ਦਿਨ ਹੀ ਗੁਰਦੁਆਰਾ ਸੀਸਗੰਜ ਸਾਹਿਬ, 1 ਘੰਟਾ ਝਾੜੂ ਮਾਰਨਾ, 1 ਘੰਟਾ ਜਿਹੜਾ ਹੈ ਕੀਰਤਨ ਸੁਣਨਾ ਅਤੇ ਨਾਲ ਬਰਤਨ ਮਾਂਜਣ ਦੀ ਸੇਵਾ ਕਰਨੀ। ਜਦੋਂ ਸੇਵਾ ਪੂਰੀ ਹੋ ਜਾਵੇ ਉਸ ਤੋਂ ਬਾਅਦ ਗੁਰਦੁਆਰਾ ਬੰਗਲਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣਾ ਅਤੇ ਸਮਾਪਤੀ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋ ਕੇ 5,500 ਰੁਪਏ ਦੀ ਦੇਗ ਅਤੇ ਨਾਲ ਇੱਥੇ ਫਿਰ ਜਿਹੜਾ ਜਮਾ ਜਾਜਣਾ ਵੀ ਅਰਦਾਸ ਹੈ, ਮੈਨੂੰ ਮਨਜ਼ੂਰ ਹੈ ਇਹ। ਜਿੰਨਾ ਦਿਨ ਸੇਵਾ ਚੱਲਣੀ ਹੈ 6 ਦਿਨ, 3 ਦਿਨ ਸ੍ਰੀ ਅਕਾਲ ਗੁਰਦੁਆਰਾ ਬੰਗਲਾ ਸਾਹਿਬ, 3 ਦਿਨ ਗੁਰਦੁਆਰਾ ਸੀਸਗੰਜ ਸਾਹਿਬ, ਉਹਨਾਂ ਚਿਰ ਕਿਸੇ ਵੀ ਧਾਰਮਿਕ ਅਤੇ ਸਿਆਸੀ ਸਰਗਰਮੀ ਦੇ ਵਿੱਚ ਹਿੱਸਾ ਜਿਹੜਾ ਹੈ ਉਹ ਬਿਲਕੁਲ ਨਹੀਂ ਲੈਣਾ, ਮਨਜ਼ੂਰ ਹੈ? ਅਤੇ ਨਾ ਹੀ ਜਿਹੜਾ ਗੁਰਦੁਆਰਾ ਸਾਹਿਬ ਤੋਂ ਜਾਂ ਕਿਸੇ ਸਮਾਗਮ ਦੇ ਵਿੱਚੋਂ 6 ਦਿਨ ਸਰੂਪਾ ਲੈਣਾ, ਸਨਮਾਨ ਲੈਣਾ, ਮਨਜ਼ੂਰ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਪੀਤੀ ਖਰੀਦੀ।